लोहे की राड़ नाल चीज़ां नूं भन्नदा तोड़दा दारा। यह तस्वीरां ने प्रताप सिंह दारे दे घर दियां, जिस दे सिर तों सिर्फ 4 साल की उम्र विच पिता दा साया उठ गया। प्रताप सिंह दारे दे पिता दे विछोड़े बाद इस दी माता दारे नूं अपने पेके घर लै आई, जिथे दारा अपने नानकियां दे घर जवान होया। किसी कारण मामियां नाल अणबण हो गई ते इस घर दे दो हिस्से हो गए। दारे दे माता जी एक अध्यापका सन, जिन्हां ने दारे नूं काफ़ी पढ़ा लिखा के MCA की पढ़ाई कराई। 6 फरवरी 2022 नूं दारे की माता भी स्वर्गवास हो गई। माँ की मौत तो बाद काफ़ी समा दारे की माता का मृतक शरीर अंदर ही गलदा सड़दा रहा। फिर घर चों बदबू आउण कारण किसी ने दारे दे नानकियां नूं जा दस्या, क्योंकि कुछ समा पहला दारे दे नानके किते होर जा वसे सन। हुण 3-4 दिन पहला दारे नाल एक होर मंदभागी घटना वापरी। लोगों के दसण मुताबक दारा चंडीगढ़ अपने मामे नूं मिलन चला गया, पर अग्यों उन्हां दारे दे गंदे मैले कुचैले कपड़े वेख दारे नूं वापस मोड़ दिता ते घर अंदर वड़न ही नहीं दिता। जेकर नाना नानी जिउंदे हुंदे तां शायद वह गेट खुल जांदा ते दारा 2 पल उस चंडीगढ़ वाले घर विच बैठ पानी पी आउंदा। एक गल जो वार वार अपने रिश्ते दी दारा गल्लां करदा रहिंदा है, इह गल भी काफ़ी गंभीरता वाली है। जदों वह कहिंदा है कि उस दे नाल धोखा होया है, उसने अपने हाथ की नब्ज़ नूं भी नुकसान पहुँचाया। दारे नूं लैण लई गए भाई गुरप्रीत सिंह नाल पहली वार एक अजिही घटना वापरी जो अपने आप विच विलक्षण सी। सुनो दारे ने भाई गुरप्रीत सिंह नूं की कहा। दस दईए कि यह सारा घटनाक्रम पंजाब दे जगराओं शहर नाल संबंधित है। आओ वेखदे हां होर की कुछ इस वीडियो दे विच वेखन नूं मिलिया, किस तरह विआह दीआं कैसटां चक चक के वार वार दारा कुछ अपने दिल दीआं गल्लां कहणियां चाहुंदा है, पर अफसोस कोई दारे नूं समझ ही नहीं सकिया। एक होर विलक्षण गल कि जदों दारा आले दुआलों कितों रोटी टुक मंग रहा सी तां किसी ने दारे नूं रोटी नहीं दित्ती, ते अखीर उसने जिहड़ियां पालतू बिल्लियां रखियां होईआं सन जिन्हां दे विच्चों एक बिल्ली मर गई सी, उस दीआं कुछ हड्डियां नूं भी चूंडदा होया दारा नज़र आया। तो इस दे नाल नाल दारा बिल्लियां दी गंदगी नूं पानी दे विच घोल के पींदा भी नज़र आया। ਧੰਨਵਾਦ ਵੀਰੇ, ਕੋਈ ਤਾਂ ਕੋਈ ਤਾਂ ਕੋਈ ਤਾਂ ਮੇਰਾ ਦੁੱਖ ਤਕਲੀਫ ਜਾਨਾਂ ਨੂੰ ਆਇਆ, ਕੋਈ ਤਾਂ ਆਇਆ ਕਹਿੰਦਾ ਦੁੱਖ ਜਾਨਾਂ ਹੋੜ ਇਹੋ ਜਿਹਾ ਬਣ ਜਾਂਦਾ, ਮੈਂ ਕਿਹਨੂੰ ਮਾੜਾ ਕਿਹਾ ਦੇਖੋ ਨਾ, ਮੈਨੂੰ ਕੋਣ ਮਾੜਾ ਕਹਿੰਦਾ, ਦੇਖੋ ਨਹੀਂ ਗੱਲ ਕਰਮ ਦੀ ਆ, ਹੁਣ ਉਹੀ ਆਪਣੇ ਆਪ ਤੋਂ ਹੀ ਖੁਸ਼ ਦੇਖੋ ਨਾ, ਕੋਈ ਤਾਂ ਦੁੱਖ ਸੁੱਖ ਜਾਨਣ ਆਇਆ, ਨਹੀਂ ਤਾਂ ਦੇਖੋ ਨਾ ਮੈਂ ਇਹਨਾਂ ਨੂੰ ਯੂਟਿਊਬ 'ਤੇ ਹੀ ਦੇਖਿਆ। ਬਾਈ ਪਹਿਲੀ ਵਾਰੀ ਕਿਸੇ ਨੇ ਕਹੀ ਆ ਗੱਲ ਸਾਨੂੰ, ਪ੍ਰਤਾਪ ਵੀ ਕੀ ਹਾਲਾਤ ਬਣਾਏ ਪਏ ਘਰ ਦੇ, ਜਾਣ ਕੇ ਕੀਤੇ ਜੀ, ਹੁਣ ਕਹਿੰਦੇ ਘਰ ਦੀ ਸਫਾਈ ਕਰਾ ਲਾ, ਵਿਆਹ ਕਰਾ ਦਾਂਗੇ, ਮੈਂ ਨਹੀਂ ਕਰਾਉਣਾ ਚਾਹੁੰਦਾ। ਤੇ ਆ ਜਿਹੜਾ ਮੰਨ ਲਓ ਘਰ ਦੀ ਸਾਫ ਸਫਾਈ ਕਰ ਲਈਏ ਜੀ ਆਪਾਂ, ਹਾਂ ਕਰਾ ਦਿਓ, ਕੋਈ ਨਾ ਕਰਾ ਦਿਓ, ਮੈਂ ਚਲਾਉਣੀਆਂ ਸੀਗੀਆਂ। ਤੁਹਾਡੇ ਡੈਡੀ ਦਾ ਕੀ ਨਾਮ ਆ? ਸਰਦਾਰ ਗੁਰਚਰਨ ਸਿੰਘ ਨਾਮ ਆ, ਮੈਂ ਤਾਂ ਥੁੱਕਦਾ ਨਹੀਂ ਉਹਨਾਂ ਤੇ ਮੋੜ ਮੰਡੀ ਵਾਲਿਆਂ ਤੇ। ਓਹੋ, ਤੇ ਡੈਡੀ ਦੇ ਕੀ ਨਾਮ ਦੱਸਿਆ ਤੁਸੀਂ? ਸਰਦਾਰ ਗੁਰਚਰਨ ਸਿੰਘ, ਉਹ ਮਰ ਚੁੱਕੇ ਆ ਮੇਰੇ ਲਈ। ਨਹੀਂ, ਗੁਰਚਰਨ ਸਿੰਘ ਜੀ ਰਹਿੰਦੇ ਕਿੱਥੇ ਨੇ? ਉਹ ਮੋਹਾਲੀ ਚੰਡੀਗੜ੍ਹ ਇੰਡਸਟਰੀ ਏਰੀਆ। ਇਹਨਾਂ 4 ਸਾਲ ਦਾ ਸੀ ਜਦੋਂ ਮੇਰੀ ਮਾਂ ਨੂੰ ਛੱਡਤਾ, ਤਲਾਕ ਦੇਤਾ। ਮੇਰੇ ਲਈ ਮੇਰਾ ਪਿਓ ਮਰ ਚੁੱਕਿਆ, ਮੇਰੇ ਲਈ ਮੇਰੇ ਮਾਮੇ ਮਰ ਚੁੱਕੇ ਆ। ਮਾਂ ਮਾਤਾ ਜੀ ਮਰ ਗਿਆ, ਦੇਖੋ ਸਰਟੀਫਿਕੇਟ ਪਿਆ, ਮੈਂ ਦਿਖਾ ਦਿੰਦਾ, ਦਿਖਾਤਾ ਯਾਰ। ਸਲਵਾਰਾਂ ਟੰਗੀਆਂ 31 ਮਹੀਨੇ ਤੋਂ ਵੱਧ ਹੋ ਗਏ, ਮੇਰੀਆਂ ਮਾਸੀਆਂ ਮਰ ਗਈਆਂ, ਮੇਰੇ ਸਾਰੇ ਰਿਸ਼ਤੇਦਾਰ ਮਰ ਗਏ। ਵਿਆਹ ਦੀਆਂ ਰੀਲਾਂ ਦੇਖੋ ਜੀ, ਆਹ ਦੇਖ ਲਓ ਤੁਹਾਡੇ ਸਾਹਮਣੇ ਜਿਹੜੀਆਂ ਹੈ ਕੈਸਟਾਂ, ਹਾਂਜੀ ਖੋਲੇ ਨਾਲ ਮੇਰਾ ਵਿਆਹ ਕਰਾਉਣਾ ਚਾਹੁੰਦੇ ਆ। ਵੱਡੇ ਚਾਹਲ ਗੋਤ ਆ ਉਹਨਾਂ ਦਾ, ਜੈਲਦਾਰ ਬਣਦੇ, ਮੈਂ ਸਾਫ ਕਹਿੰਦਾ। ਇੱਕ ਪਿਓ ਦੇ ਵੀ ਇੱਕ ਪਿਓ ਦੇ ਨਾ ਕਰਾ ਕੇ, ਬਸ ਬਸ ਕੋਈ ਨਾ, ਨਹੀਂ ਮੈਂ ਤੁਹਾਨੂੰ ਗੱਲ ਦੱਸਦਾ, ਦੇਖੋ ਆਪ ਆਏ ਰਿਸ਼ਤਾ ਕਰਨ। ਸਰਜੀਤ ਕੌਰ ਸੀ ਮੰਮੀ ਦਾ ਨਾਂ? ਹਾਂ ਮੰਮੀ ਦਾ ਨਾਂ ਹੈ, ਕਿੰਨੀ ਸਿਆਣੀ ਸੀ ਮੰਮੀ, ਨਾਨੇ ਦਾ ਇਹ ਆਪ ਘਰ ਆਇਆ ਸੀ, ਕੌਣ ਸੀ ਸਾਡੀ ਧੀ ਨਾਲ ਵਿਆਹ ਕਰ ਲਾ, ਉੱਥੇ ਕੈਨੇਡਾ ਗੋਰਿਆਂ ਨੇ 50 ਜਾਣਿਆਂ ਨੇ ਗੋਰੇ ਕਾਲੇ। ਗੁਰਚਰਨ ਸਿੰਘ ਕੌਣ ਸੀ? ਗੁਰਚਰਨ ਸਿੰਘ, ਗੁਰਚਰਨ ਸਿੰਘ ਕੌਣ ਸੀ? ਮੇਰਾ ਸਕੂਟਰ ਆ ਜੀ, ਬੈਜਨਾਥ ਕਾ ਸੋਨੂ ਆ ਉਹਦੀ। ਆਹ ਸਕੂਟਰ ਕਿਹਦਾ? ਇਹ ਮੇਰਾ ਸਕੂਟਰ ਆ ਜੀ।
ਇਹ ਤੁਹਾਡਾ ਸਕੂਟਰ ਆ। ਮੈਂ ਤੁਹਾਨੂੰ ਸਹੀ ਦੱਸਦਾ, ਇੰਨੀ ਗੱਲ ਤੇ ਆਖ ਦੇਣਾ। ਧਿਆਨ ਨਾਲ ਦੇਖੋ, ਰਿਕਾਰਡ ਕਰੋ। ਉਹ ਨਾ ਨਾ ਨਾ, ਇਹ ਭੰਨਣਾ ਆਪਾਂ, ਇਹ ਤਾਂ ਲੈ ਕੇ ਜਾਣਾ, ਉਹ ਤਾਂ ਲੈ ਕੇ ਜਾਣਾ ਆਪਾਂ। ਅੱਛਾ, ਤਾਂ ਵਧੀਆ ਮੋਟਰਸਾਈਕਲ ਆ ਤੇਰਾ ਯਾਰ। ਮੈਂ ਦੱਸਦਾ, ਇਹ ਭੰਨਣਾ ਤੁਹਾਡ ਨੂੰ ਜੁਸਤਾ ਨਹੀਂ ਕਰਾਓ ਮੇਰਾ ਬਿਆਹ। ਅਸੀਂ ਰੋਕ ਦਾਂਗੇ। ਛੱਡ ਯਾਰ, ਮੈਂ ਰੱਖ ਦਿੰਦਾ। ਕੋਈ ਨਾ, ਰੱਖ ਦੇ ਵੀਰੇ, ਆਪੇ ਰੱਖ। ਇਹਨੂੰ ਹੱਥ ਨਾ ਲਾਓ, ਕਰਾਓ। ਕੋਈ ਨਾ, ਆਪਾਂ ਇਹਨਾਂ ਨੂੰ ਕਰਦੇ ਆ ਲੋਡ। ਖੈਰ ਵੀਰੇ, ਤੁਸੀਂ ਨਾ ਪ੍ਰਤਾਪ ਵੀਰ, ਤੇਰਾ ਛੋਟਾ ਨਾਮ ਵੀ ਹੈ ਕੋਈ? ਹਾਂ, ਛੋਟਾ ਨਾਮ ਦਾਰਾ ਜੀ। ਮੇਰੀ ਮਾਂ ਨੂੰ ਮਰਿਆ, ਦੇਖੋ 32 ਮਹੀਨੇ ਹੋ ਗਏ, ਪਹੁੰਚ ਨਹੀਂ ਆਏ। ਘਰ ਦੀ ਰੋਟੀ ਖਾਧੀ ਨੂੰ ਦੇਖ ਲਓ 32 ਮਹੀਨੇ ਹੋ ਗਏ। ਓਹੋ, ਦੇਖੋ ਨਾ, ਜੇ ਮੈਂ ਚੁੱਪ ਆ ਨਾ, ਨਹੀਂ ਕਿਸੇ ਦੀ ਧੀ ਭੈਣ, ਕਿਸੇ ਦੀ ਅਸੀਂ ਤੇਰੇ ਨਾਲ ਆ ਪ੍ਰਤਾਪ। ਮੈਂ ਇਹ ਕਹਿ ਰਿਹਾ, ਵਾਰ ਵਾਰ ਫੋਨ ਕਰਨਗੇ, ਦੀਵਾਲੀ ਤੋਂ ਪਹਿਲਾਂ ਆ ਜਾਂਗੇ, ਤੇਰਾ ਵਿਆਹ ਕਰਾ ਦਾਂਗੇ। ਹੈ, ਪੈਸਾ ਲਾਉਣਾ ਨਾ ਆਪਦਾ। ਰੋਟੀ ਖਾਣ ਦੇ ਪੈਸੇ ਨੀ, ਮੈਨੂੰ ਕੈਨੇਡਾ ਭੇਜੂਗੀ। ਇੱਥੇ ਉੱਪਰ ਮੇਰੇ ਨਾਨਕਿਆਂ ਦਾ ਘਰ ਹੈ ਜੀ, ਇੱਕ ਮਿੰਟ। ਪਰ ਇਹੋ ਯਾਰ, ਮੇਰੇ ਨਾਨਕਿਆਂ ਦਾ ਘਰ ਆ ਤੇਰੀ ਦਾ। ਤਿੰਨ ਚਾਰ ਕੂਲਰ ਪਏ ਵੱਡੇ ਵੱਡੇ ਬਈ, ਇਹ ਪੁਰਾਣੇ? ਨਹੀਂ ਨਹੀਂ, ਇੱਕ ਮੇਰਾ, ਇੱਕ ਮੇਰੇ ਮਾਮੇ ਹੋਣਾ ਦਾ। ਅੱਛਾ, ਮਾਮਾ ਕਿਹੜਾ? ਇੱਕ ਪਿਓ ਦੀ ਇਲਾਜ ਨਾ, ਸੁਣ ਲਿਓ, ਕਰਾ ਦਿਓ ਇਦਾਂ। ਮੈਂ ਸਹਾਰਾ ਦੇਣ ਨੂੰ ਫਿਰਦਾ ਤੇ ਉੱਤੋਂ ਮੈਨੂੰ ਕਹਿੰਦੇ ਤੂੰ ਸਾਡੇ ਕੋਲ ਇੱਥੇ ਵੀ ਸਾਡੀ ਇੱਜ਼ਤ। ਆਹ ਕੀ ਆ? ਮੇਰੀ ਮਾਂ ਦੇ ਕੜੇ ਸੀਗੇ। ਐ ਕਾਹਤੋਂ ਸਿੱਟੇ ਪਿਆ ਤੂੰ ਇੱਥੇ? ਫਿਰ ਮੈਂ ਦਿਖਾਉਣ ਲਈ ਜੀ, ਵਿਆਹ ਦੇਖੋ ਆ ਪਿਆ, ਆਹ ਬੰਬ ਪਿਆ ਮੇਰੇ ਹੁਣ, ਆਹ ਬੰਬ ਪਿਆ, ਬੁਲਟ ਬੰਬ। ਦੀਵਾਲੀ ਆ ਗਈ, ਦੀਵਾਲੀ ਨੂੰ ਚਲਾਉਣੇ ਜੀ। ਮੈਂ ਇਹਨੂੰ ਦਿਖਾਉਣ ਵਾਲਾ ਕੰਮ ਆਉਂਦਾ ਨਾ ਜੀ, ਮਸ਼ੀਨਾਂ ਤਾਂ ਕਾਫੀ ਰੱਖੀਆਂ। ਹਾਂ, ਮੈਂ ਕੰਮ ਕਰਦਾ ਰਿਹਾ ਨਾ। ਇੱਕ ਪਿਓ ਦੀ ਇਲਾਜ ਆ ਰਾਜਾ, ਤੇਰਾ ਸਿਰ ਪਾਣਾ, ਤੇਰੀ ਬਰੀਜਾ ਕਾਰ ਨੂੰ ਅੱਗ ਲਾਵਾ ਤੇਰੀ ਰਾਜੇ। ਬਸ ਆਹ ਨੀ ਕਰਨਾ। ਨਹੀਂ ਨਹੀਂ, ਆਹ ਨੰਬਰ ਨੋਟ ਕਰ ਲੈ, ਬਾਹਲਾ ਨੀ ਡਰਾਉਣਾ, ਰੱਖ ਦੇ ਟੰਗ ਦੇ ਉੱਥੇ, ਰੱਖ ਦੇ ਡਰਾਉਣੇ ਨੀ ਬਾਹਲੇ। ਜੇ ਬਾਹਲੇ ਡਰ ਗਏ ਫੇਰ ਨੀ ਹੋਣਾ ਉਹਨਾਂ ਨੇ, ਫਿਰ ਬਦਲਾ ਕਿਵੇਂ ਲਵਾਂਗੇ? ਡਰਾਈ ਲੈ ਪਹਿਲਾਂ ਹੀ। ਬਿੱਲੀਆਂ ਦੀ ਖੁਰਾਕ ਪਈ ਹੈ ਜੀ ਸਾਰੀ। ਆ ਦੇਖੋ, ਬਿੱਲੀਆਂ ਵਾਸਤੇ, ਬਿੱਲੀਆਂ ਦਾ ਤਾਂ ਬਹੁਤ ਪਿਆਰ ਕਰਦਾ, ਬਿੱਲੀਆਂ ਨੂੰ ਪੂਰੀ ਫੀਡ ਲਿਆ ਕੇ ਦਿੰਦਾ ਬਾਈ। ਹੋਰ ਕੀ, ਬਿੱਲੀਆਂ ਨੂੰ ਰਿਕਾਰਡ ਕਰਨਾ, ਕਰ ਲਓ, ਟੀਵੀ ਤੇ ਲਾਇਆ, ਦੁਨੀਆ 'ਚ ਦਿਖਾ ਦਿਓ। ਡਰ ਨੀ ਮਾਰਿਆ, ਮੇਰਾ ਕੋਈ ਹੈ ਨੀ ਨਾ ਦੇਖ ਨੂੰ ਤਾਂ। ਅਸੀਂ ਤੇਰੇ ਨਾਲ ਆ, ਅਸੀਂ ਤੇਰੇ ਨਾਲ ਆ, ਅਸੀਂ ਤੇਰੇ ਨਾਲ ਆ ਵੀਰੇ, ਅਸੀਂ ਤੇਰੇ ਨਾਲ ਆ ਪ੍ਰਤਾਪ। ਆ ਦੇਖ ਲਓ, ਮੇਰਾ ਭਰਾ ਮਰਵਾਤਾ ਐਡਾ, ਆ ਦੇਖ ਲਓ, ਐਡਾ ਹੀਰੇ ਵਰਗਾ ਭਰਾ ਮਰਵਾਤਾ। ਤੇਰਾ ਭਰਾ ਸੀ? ਆ ਬਠਿੰਡੇ ਵਾਲਾ ਮੇਰਾ ਭਰਾ ਸੀ, ਕਜ਼ਨ। ਇਹ ਮਰਵਾਤਾ ਉਹਨਾਂ ਨੇ ਕੈਨੇਡਾ 'ਚ ਮਰਵਾਤਾ ਬੋਡੀ ਬਿਲਡਰਾਂ ਤੋਂ, ਦੇਖ ਲਓ ਆਪਦਾ ਪੁੱਤ ਮਰਵਾਤਾ ਮੇਰੇ ਕੀ ਆ। ਅਗਲੇ ਹੀਰੇ ਵਰਗਾ ਮੁੰਡਾ ਨਾ ਕਰ, ਸ਼ਾਂਤ। ਗੁੱਸੇ ਦੀ ਨਹੀਂ ਗੱਲ, ਮੈਂ ਸੱਚ ਬੋਲਦਾ। ਨਹੀਂ ਨਹੀਂ, ਤੂੰ ਸ਼ਾਂਤ ਰਹਿ, ਸ਼ਾਂਤ, ਸ਼ਾਂਤੀ ਆ। ਮੈਂ ਹੋਰ ਵੀ ਠੀਕ ਆ, ਵਧੀਆ ਵਧੀਆ, ਸਭ ਕੁਝ ਵਧੀਆ। ਸਾਰੇ ਦਾਰੇ ਨੂੰ ਮਿਲਣ ਆਏ ਨੇ ਬਾਈ, ਸਤਿ ਸ੍ਰੀ ਅਕਾਲ। ਬਾਈ ਦਾਰਾ ਬੰਦਾ ਬਹੁਤ ਵਧੀਆ, ਅਸੀਂ ਵੀ ਅੱਜ ਦਾਰੇ ਨੂੰ ਮਿਲਣ ਆਏ ਆ, ਬੜੀ ਦੂਰੋਂ, ਤੁਹਾਨੂੰ ਪਤਾ ਹੀ ਹੋਣਾ, ਲੁਧਿਆਣੇ ਤੋਂ ਆਏ ਆ ਅਸੀਂ, ਹੈ ਨਾ। ਸਾਨੂੰ ਐ ਸੀਗਾ ਵੀ ਯਾਰ ਦੇਖ ਕੇ ਤਾਂ ਆਈਏ ਦਾਰੇ ਨੂੰ ਜਾ ਕੇ, ਲੋਕ ਕਿੰਨੇ ਜਾਨਵਰ ਪਾਲੇ ਆ, ਕਿੰਨੇ ਜਾਨਵਰ ਨੂੰ ਰੋਟੀ ਦੇ ਰਿਹਾ ਦਾਰਾ, ਕਿੰਨੀਆਂ ਬਿੱਲੀਆਂ ਮਾ ਜਿਹਨਾਂ ਨੂੰ ਪਾ ਦੇਖ, ਬਿੱਲੀ ਕਿੰਨੀ ਸੋਹਣੀ ਬਿੱਲੀ। ਇਹਦਾ ਕੀ ਨਾਮ? ਭੋਲੇ ਭਗਤ। ਦੇਖੋ ਘਰ ਦੇ ਵਿੱਚ ਗੰਦ ਪਾਇਆ, ਗੰਦ ਨੀ ਹੈਗਾ ਵੀਰੇ, ਪੂਰਾ ਕੰਮ ਸਜਾਇਆ ਪਿਆ, ਘਰ ਦੀ ਸਫਾਈ ਕਰਾ ਕੇ ਮੈਨੂੰ ਕੱਢਣਾ ਚਾਹੁੰਦੇ ਆ, ਬੇਘਰ ਕਰਨਾ ਚਾਹੁੰਦੇ ਆ। ਮੇਰੀ ਮਾਂ ਹੈ ਨੀ ਨਾ, ਪਿਓ ਹੈ ਨੀ, ਮੇਰੀ ਮਾਸੀ ਦਾ ਮੁੰਡਾ ਮਰਵਾਤਾ ਕੈਨੇਡਾ। ਇਹਦਾ ਕੀ ਨਾਮ? ਕਮਾਈ ਖਾ ਰਿਹਾ, ਇਹਦਾ ਨਾਂ ਰੀਪੂ ਦਮਨ ਸਿੰਘ ਚਾਹਲ। ਕਿਵੇਂ? ਸਾਰਾ ਕੰਪਿਊਟਰ ਕੰਪਿਊਟਰ ਸੈੱਟ ਕਰਕੇ ਰੱਖਿਆ ਹੋਇਆ ਸਾਰਾ ਕੁਛ, ਹੈ ਨਾ। ਜ਼ਰੂਰ ਜੀ, ਆਪਦੇ ਵੱਲੋਂ ਪੂਰੀ ਸਾਰੀ ਸ਼ਾਂਤ। ਉਹੀ ਕਹਿੰਦਾ ਨਾ, ਮੈਂ ਝੂਠ ਨਹੀਂ ਬੋਲਦਾ। ਨਹੀਂ ਨਹੀਂ, ਹੁਣ ਤੂੰ ਸ਼ਾਂਤ ਹੋ ਜਾ, ਹੁਣ ਤੂੰ ਸ਼ਾਂਤ, ਹੁਣ ਅਸੀਂ ਆ ਗਏ ਨਾ ਤੇਰੇ ਕੋਲੇ, ਹੁਣ ਅਸੀਂ ਮੰਦੀ ਲਾ, ਚਲੋ ਮੈਨੂੰ ਡਰ ਨਹੀਂ ਮਾਰਿਆ, ਹੁਣ ਅਸੀਂ ਆ ਗਏ, ਪਿਓ ਦੀ ਕਮਾਈ ਨਹੀਂ ਖਾਂਦਾ ਮੈਂ, ਹੁਣ ਅਸੀਂ ਆ ਗਏ ਤੇਰੇ ਨਾਲ ਖੜੇ, ਅਸੀਂ ਫਿਕਰ ਨਾ ਕਰ ਭਰਾਵਾ, ਫਿਕਰ ਨਾ ਕਰ। ਇਹਨਾਂ ਦੀਆਂ 7 ਪੁਸ਼ਤਾਂ ਦਾ ਬੇੜਾ ਗਰ ਕਰ ਦੂੰ ਮੈਂ। ਮੇਰੀ ਮਾਂ ਨੂੰ ਕਹਿੰਦਾ ਸੀ ਆਪ, ਕਹਿੰਦਾ ਬਸ ਇਹੋ ਜਿਹੀਆਂ ਗੱਲਾਂ ਨਹੀਂ ਕਰਨੀ, ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ, ਬਸ ਸਾਰੀ ਨੌਲੇਜ ਆ ਤੈਨੂੰ, ਪੜ੍ਹਿਆ ਲਿਖਿਆ ਬੰਦਾ, ਆਪਾਂ ਇਹੋ ਜਿਹੀ ਬਲਗਰ ਗੱਲ, ਗੰਦੀ ਗੱਲ ਨੀ ਕਹਿਣੀ, ਸਮਝ ਗਿਆ?
ਇੱਕ ਗੱਲ ਦਾ ਖਿਆਲ ਰੱਖਣਾ ਮੈਂ ਸਮਝਿਆ ਕੋਈ ਗੱਲ ਨਹੀਂ ਬਲਗਰ ਗੱਲ ਨਹੀਂ ਕਹਿਣੀ ਠੀਕ ਹੈ ਪ੍ਰੋਮਿਸ ਹਾਂਜੀ ਠੀਕ ਪ੍ਰੋਮਿਸ ਹਾਂ ਉਹੀ ਕਹਿ ਰਿਹਾ ਨਾ ਪ੍ਰੋਮਿਸ ਜਿਮ ਦਾ ਪੂਰਾ ਸਪੇਸ ਪੂਰਾ ਜਿਮ ਲਾਂਦਾ ਰਿਹਾ ਅੱਛਾ ਜੀ ਲੋਰ ਕੀ ਇਹਦੇ ਜਿੰਨੇ ਇਹਨੇ ਸਟਾਰਟ ਕੀਤਾ ਜਗ ਰੌਂਜ ਪਹਿਲੇ ਸਭ ਤੋਂ ਪਹਿਲਾਂ ਜਿਮ ਹਾਂਜੀ ਬਾਜੀ ਬਾ ਇਹਦੀ ਬੋਡੀ ਦੇ ਕੇ ਤਾਂ ਸਾਰੇ ਇੰਪ੍ਰੈਸ ਹੁੰਦੇ ਜੇ ਬਹੁਤ ਵਧੀਆ ਹੈ ਨਹੀਂ ਬੋਡ ਫਿਜ਼ਿਕਸ ਤਾਂ ਹੁਣ ਵੀ ਇਹਦੀ ਪੂਰੀ ਵਧੀਆ ਆ ਦੇਖਾ ਚੀਜ਼ਾਂ ਪਈਆਂ ਪੂਰੀਆਂ ਬਸ ਆਦ ਮੋਚ ਰਹਿੰਦਾ ਵਾ ਉਹੀ ਗੱਲ ਹੈ ਨਾ ਸਹੀ ਆ ਸਭ ਕੁਝ ਸਹੀ ਆ ਨੂੰ ਪੜ੍ਹੇ ਲਿਖਿਆ ਸਾਰਿਆਂ ਦੇ ਆਧਾਰ ਕਾਰਡ ਬਣਾਏ ਨੇ ਹੋਰ ਕੀ ਸੁਵਿਧਾ ਕੇਂਦਰ ਚ ਅੱਛਾ ਜੀ ਸੁਵਿਧਾ ਕੇਂਦਰ ਦੇ ਵਿੱਚ ਕਿਹੜੇ ਸਾਲ ਚ ਲੱਗਿਆ ਸੀ ਵੀਰੇ ਦਾਰੇ ਆ ਪਤਾ ਨਹੀਂ ਮੈਨੂੰ ਯਾਦ ਨਹੀਂ 2014 ਦੇ ਟਾਈਮ ਦੇ ਵੇਲੇ ਆਧਾਰ ਕਾਰਡ ਉਹਦੇ ਹੀ ਸ਼ੁਰੂ ਹੋਇਆ ਹਾਂ ਗੱਲ ਇਹ ਹੋਰ ਕੀ ਦੇਖਣਾ ਐਮਸੀ ਕਿੱਥੇ ਕੀਤੀ ਸੀ ਐਮਸੀ ਆ ਪੀਟੀਯੂ ਯੂਨੀਵਰਸਿਟੀ ਹੈ ਨਾ ਇਨਫੋਰਮੈਟਿਕਸ ਹੈਗੀ ਆ ਲੁਧਿਆਣੇ ਮਾਈ ਭਾਗ ਪਤਾ ਨਹੀਂ ਮਾਈ ਨੰਦ ਕੌਰ ਗੁਰਦੁਆਰਾ ਉੱਥੋਂ ਜਾਂ ਫਿਰੋਜ ਗਾਂਧੀ ਮਾਰਕੀਟ ਉੱਥੋਂ ਪੀਟੀਸੀ ਉੱਥੋਂ ਕੀ ਹਾਂ ਗੱਲ ਇਹ ਉਹੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਮੈਂ ਆਣਗੁਆਂ ਦੇਖੋ ਕਿਹਦੀ ਮਦਦ ਨਹੀਂ ਕੀਤੀ ਪੌੜੀ ਲਿਆਂਦੀ ਨਾ ਆਣਗੁਆਂ ਮਦਦ ਆਵੇ ਹੈ ਕਿਹਦੀ ਮਦਦ ਨਹੀਂ ਕਰਦਾ ਕਿਹਨੂੰ ਨਹੀਂ ਬੁਲਾਉਂਦਾ ਉੱਥੋਂ ਕਹਿੰਦੀ ਜਿਹੜਾ ਮਦਦ ਕਰਦਾ ਨਾ ਉਹਨੂੰ ਬੁਰਾ ਸਾਬਤ ਕਰਦੇ ਆ ਤੂੰ ਆਪਦਾ ਜਿਹੜਾ ਕੀਮਤੀ ਸਮਾਨ ਆ ਉਹ ਇਕੱਠਾ ਕਰ ਲੈ ਚੱਕ ਲੈ ਹੁਣ ਦੇਖੋ ਤੂੰ ਮਾਤਾ ਦੀਆਂ ਬਾਲੀਆਂ ਕਿਵੇਂ ਵੱਢ ਕੇ ਰੱਖੀਆਂ ਪਈਆਂ ਉੱਥੇ ਹਾਂ ਮੈਂ ਤਾਂ ਰੱਖੀਆਂ ਜੀ ਕਹਿੰਦਾ ਭਾ ਮੇਰੀਆਂ ਕਾਪੀਆਂ ਨਾ ਹਲਾ ਦੇ ਨਹੀਂ ਕਾਪੀਆਂ ਹੀ ਰੱਖ ਦੇ ਵੀਰੇ ਕਾਕਾ ਕਾਪੀਆਂ ਨਾ ਕਾਪੀਆਂ ਪਾਸਬੁੱਕਾਂ ਰੱਖ ਲੈ ਰੱਖ ਲੈ ਦੇਖੋ ਨਾ ਮੈਂ ਮੀਟ ਖਾਣਾ ਆ ਦੇਖੋ ਨਾ ਆ ਪਈ ਦਾਰੂ ਦੀ ਬੋਤਲ ਜਿਹਨੂੰ ਨਹੀਂ ਦਿਖੇ ਨਾ ਮੰਨੇ ਨਾ ਬਸ ਬਸ ਹੁਣ ਕੱਚ ਬੱਜੂ ਪੈਰ ਚ ਬਸ ਕਰ ਨਾ ਦੇਖੋ ਮੈਂ ਦਿਖਾਇਆ ਕਿਤੇ ਨੂੰ ਯਕੀਨ ਨਹੀਂ ਨਾ ਹੁਣ ਤੂੰ ਤੋੜੀ ਤੇ ਦਿਖਾਵਾਂਗੇ ਕੀ ਦੇਖੇ ਨਹੀਂ ਉਹ ਹਰਾਮ ਜਾਦੇ ਬੱਚਾ ਸਮ ਦਾਰੂ ਦੀ ਬੋਤਲ ਮੈਂ ਠੇਕੇ ਤੋਂ ਆਪਦੀ ਕਮਾਈ ਦੀ ਲਿਆਂਦੀ ਠੀਕ ਆ ਪੀਤੀ ਯਕੀਨ ਨਹੀਂ ਮੰਨਦੇ ਹੁਣ ਜਿਵੇਂ ਆ ਸੋਨਾ ਪਿਆ ਐ ਸੋਨਾ ਦੀ ਰੱਖਣਾ ਆਪਾਂ ਸੋਨਾ ਨੂੰ ਚੱਕ ਕੇ ਲੈ ਜਾ ਪਗੜਾ ਕੇ ਕੁਝ ਬਣਾਉਣਾ ਸੀਗਾ ਨਹੀਂ ਨਹੀਂ ਪਗੜਾਇਆ ਪਿਆ ਤੂੰ ਤਾਂ ਕਿੰਨਾ ਹੀ ਸੋਨਾ ਵਾਲੇ ਥੱਲੇ ਗੱਲ ਇਹ ਸੋਨੇ ਨੂੰ ਅੱਗ ਲਾਈ ਜਾਂਦਾ ਤੂੰ ਆ ਦੇਖੋ ਨਾ ਆ ਦਵਾਈਆਂ ਦਾ ਕੰਮ ਕਰਦਾ ਰਹਾ ਫਰੇਵਰ ਆ ਸਾਰਾ ਸੋਨਾ ਤੂੰ ਮਚਾਤਾ ਦੇਖ ਰੇੜੀ ਦੇ ਵਿੱਚ ਲੈ ਨਾ ਕੋਈ ਨਾ ਜੀ ਉਹ ਆ ਵੀ ਮੱਚੀ ਪਈ ਆ ਬੰਗ ਗੱਲ ਇਹ ਆ ਵੀ ਬੰਗ ਪਿਗਲ ਗਈ ਯਾਰ ਅੱਧੀ ਆ ਵੀ ਪਿਗਲ ਗਈ ਲੈ ਹੋਰ ਕੀ ਹਾਂ ਕੋਈ ਗੱਲ ਨਹੀਂ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਆ ਸੋਨਾ ਪਗੜਾਈ ਜਾਂਦਾ ਜੀ ਵੀਰਾ ਦਾ ਘਰੇ ਆ ਸਾਰਾ ਸੋਨਾ ਮਾਤਾ ਦੇ ਕੜੇ ਕੁੜੇ ਨਾ ਜੀ ਇਹਨੇ ਆ ਸਾਰਿਆਂ ਨੂੰ ਦੇਖੋ ਅੱਗ ਲਾ ਲਾ ਪਗੜਾ ਤੇ ਇਹਨੇ ਸਤਿ ਸ੍ਰੀ ਅਕਾਲ ਭੈਣ ਠੀਕ ਹੈ ਜੀ ਇਹ ਭੈਣ ਸਾਡੀ ਹੁਣ ਬਲਗਰ ਹਾਂ ਹੁਣ ਆਪਾਂ ਬਲਗਰ ਲੈਂਗੁਏਜ ਨਹੀਂ ਬੋਲਦੇ ਨਹੀਂ ਮੈਂ ਮਾੜਾ ਨਹੀਂ ਕਹਿ ਰਿਹਾ ਮੈਂ ਤਾਂ ਸੱਚ ਬੋਲ ਬਸ ਬਸ ਹਾਂ ਗੱਲ ਇਹ ਅੱਛਾ ਕੋਈ ਗੱਲ ਨਹੀਂ ਅਸੀਂ ਵਿਆਹ ਦੀ ਗੱਲ ਅਸੀਂ ਚਲਾਵਾਂਗੇ ਅਸੀਂ ਆਪ ਕਰਾਂਗੇ ਵਿਆਹ ਤੇ ਉਹੀ ਤਾਂ ਪਹਿਲਾਂ ਆਪਾਂ ਘਰ ਦੀ ਸਾਫ ਸਫਾਈ ਕਰੀਏ ਜ਼ਰੂਰ ਕਰਾਓ ਜਿਹੜੀ ਮੇਰੀ ਚੀਜ਼ਾਂ ਕੰਮ ਦੀਆਂ ਮੈਂ ਰੱਖ ਲਾਂ ਤੂੰ ਚੱਕ ਲੈ ਆ ਸਾਂਭ ਲੈ ਸਾਰੀਆਂ ਚੀਜ਼ਾਂ ਚੱਕ ਕੇ ਆਪਣੀ ਮੰਮੀ ਦਾ ਗੋਲਡ ਕਿੱਥੇ ਆ ਹਾਂਜੀ ਉਹ ਗੋਲਡ ਮੰਮੀ ਦਾ ਹੀ ਆ ਜੀ ਉਹ ਮੈਂ ਤਾਂ ਭੁੱਖਾ ਪਿਆ ਸਾਰਿਆਂ ਨਾਲ ਤੁਹਾਨੂੰ ਸਮਝ ਨਹੀਂ ਪੈਂਦੀ ਆ ਉਹ ਦੇਖੋ ਨਾ ਭਾਂਡੇ ਥਾਲੀ ਉਹ ਪਈ ਮੈਨੂੰ ਪਤਾ ਵਾ ਤੇਰਾ ਮੈਂ ਤਾਂ ਦਾਲ ਰੋਟੀ ਦਾਲ ਚਾਵਲ ਖਾਣਾ ਮੈਂ ਤੈਨੂੰ ਵੈਸੀ ਸਾਰੀ ਸਫਾਈ ਕਰਾਂ ਤੂੰ ਬਿੱਲੀਆਂ ਦਾ ਹੱਥ ਹਾਂਜੀ ਜ਼ਰੂਰ ਕਰਾਵਾਂਗੇ ਜੀ ਕੋਈ ਮਦਦ ਕਰਦਾ ਇਹਨਾਂ ਨੇ ਤਾਂ ਹੀ ਮੈਨੂੰ ਭੇਜਿਆ ਬੁਲਾਇਆ ਸੀ ਭੈਣ ਜੀ ਉਹਨਾਂ ਨੇ ਅਸੀਂ ਅੱਜ ਤਾਂ ਹੀ ਆਏ ਆ ਪ੍ਰਤਾਪ ਅਸੀਂ ਇੱਥੇ ਕਰਕੇ ਆਏ ਆ ਇਹਨਾਂ ਭੈਣ ਜੀ ਨੇ ਸਾਨੂੰ ਦੱਸਿਆ ਸੀਗਾ ਠੀਕ ਹੈ ਕਹਿੰਦੇ ਵੀ ਤੁਸੀਂ ਮਦਦ ਕਰੋ ਆ ਕੇ ਮੁੰਡੇ ਦਾ ਵਿਆਹ ਵੀ ਕਰਨਾ ਮੈਂ ਸਾਰਾ ਕੁਝ ਕਰਨਾ ਉਹੀ ਹੈ ਨਾ ਦੇਖ ਅਸੀਂ ਦਾਰੇ ਤੇਰੇ ਨਾਲ ਆ ਤੂੰ ਤਾਂ ਵਧੀਆ ਬਾਡੀ ਬਿਲਡਰ ਬੰਦਾ ਵਾ ਪੜਿਆ ਲਿਖਿਆ ਐਮਸੀਏ ਕੀਤੀ ਹੋਈ ਹੈ ਤੇਰੀ ਅਸੀਂ ਤੇਰੇ ਨਾਲ ਆ ਪਰ ਆ ਘਰ ਨੂੰ ਆਪਾਂ ਮੇਨਟੇਨ ਕਰੀਏ ਹਾਂ ਜ਼ਰੂਰ ਜੀ ਸਫਾਈ ਕਰਾ ਦੇ ਨੱਟ ਕੋਈ ਟਰਾਲੀ ਲੈ ਕੇ ਆਵੇ ਇੱਟਾਂ ਚਗਾ ਦਿੰਨੇ ਆ ਮਲਵਾ ਹਾਂ ਐ ਕੂੜਾ ਸਟਾ ਦਿੰਨੇ ਆ ਪਹਿਲਾਂ ਇੱਕ ਵਾਰੀ ਸਾਡੇ ਨਾਲ ਚੱਲ ਆਪਾਂ ਸਾਫ ਸਫਾਈ ਕਰਕੇ ਨਾ ਆਪਦੇ ਆਪ ਦੀ ਹੁਲੀਆ ਬਦਲ ਮਾੜਾ ਮੋਟਾ ਨਾ ਆਤੋ ਕਿ ਸੋਣਾ ਬਣ